ਬਹੁਤ ਪਿਆਰ ਦਿੱਤਾ ਲੋਕਾਂ ਨੇ ਔਰ ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਸ ਨਿਮਾਣੇ ਦੀ ਦਾਸ ਨੂੰ ਇੰਨਾ ਬੜਾ ਆਸ਼ੀਰਵਾਦ ਇੰਨੀ ਗਰਮੀ ਦੇ ਵਿੱਚ ਤੁਸੀਂ ਇੰਨੀ ਜ਼ੋਰਦਾਰ ਤਰੀਕੇ ਨਾਲ ਹੁੰਮ ਮਾ ਕੇ ਆਏ ਔਰ ਲਗਾਤਾਰ ਜਦੋਂ ਤੋਂ ਰੋਡ ਸ਼ੋਅ ਸ਼ੁਰੂ ਹੋਇਆ ਪੁਲ ਤੋਂ ਲੈ ਕੇ ਡੀਸੀ ਆਫਿਸ ਤੱਕ ਬਹੁਤ ਵੱਡਾ ਭਰਮਾ ਹੰਗਾਰਾ ਸਾਰੇ ਸ਼ਹਿਰ ਨੇ ਔਰ ਇਲਾਕੇ ਨੇ ਦਿੱਤਾ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਚਲੋ ਸਾਹਿਬ ਮੁੱਦੇ ਕੀ ਨੇ ਜਿਹੜੇ ਲੈ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਤੁਸੀਂ ਉਤਰੇ ਹੋ ਦੇਖੋ ਇਹ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਹੈ ਮਾਤਾ ਨੈਣਾ ਦੇਵੀ ਦੀ ਚਰਨ ਛੂ ਧਰਤੀ ਹੈ ਮੁੱਦੇ ਕਈ ਨੇ ਇਸ ਇਲਾਕੇ ਦੇ ਜਿਨ੍ਹਾਂ ਨੂੰ ਮੈਂ ਪਹਿਲਾਂ ਵੀ ਜਿਸ ਤਰ੍ਹਾਂ ਕਿਹਾ ਕਿ ਮੈਂ ਐਵੈਲੂਏਟ ਕਰ ਰਿਹਾ ਹਰ ਇਲਾਕਾ ਡਿਫਰੈਂਟ ਲੈਵਲ ਦੇ ਉੱਪਰ ਖੜ੍ਹਾ ਇਸ ਵੇਲੇ ਮੋਹਾਲੀ ਦੀ ਗੱਲ ਕਰੀਏ ਉਹ ਇੱਕ ਅੱਡ ਤਰਜੀਹ ਦੇ ਉੱਪਰ ਖੜ੍ਹਾ ਹੈ ਬਲਾਚੌਰ ਦੀ ਗੱਲ ਕਰੀਏ ਉਹ ਅੱਡ ਤਰਜੀਹ 'ਤੇ ਖੜ੍ਹਾ ਹੈ ਰੋਪੜ ਦੀ ਗੱਲ ਕਰੀਏ ਉਹ ਅੱਡ ਤਰਜੀਹ 'ਤੇ ਖੜ੍ਹਾ ਹੈ ਕੰਢੀ ਦਾ ਇਲਾਕਾ ਅੱਡ ਤਰਜੀਹ 'ਤੇ ਖੜ੍ਹਾ ਹੈ ਜੇ ਫਿਊਚਰਿਸਟਿਕ ਡਿਵੈਲਪਮੈਂਟ ਦੀ ਥੋਟ ਪ੍ਰੋਸੈਸ ਦੀ ਗੱਲ ਕਰੀਏ ਇਨ ਟਰਮਸ ਆਫ ਇਸ ਇਲਾਕੇ 'ਚ ਕਿਸ ਤਰੀਕੇ ਦਾ ਕੋਈ ਅਦਾਰੇ ਬਣ ਸਕਦੇ ਹੈ ਕਿਸ ਤਰੀਕੇ ਨਾਲ ਇਸ ਇਲਾਕੇ ਵਿੱਚ ਕੋਈ ਇਨਵੈਸਟਮੈਂਟ ਆ ਸਕਦੀ ਹੈ ਤਾਂ ਟੂਰਿਜ਼ਮ ਇੱਕ ਚੰਗਾ ਸੈਕਟਰ ਹੈ ਟੂਰਿਜ਼ਮ ਇੱਕ ਚੰਗਾ ਸੈਕਟਰ ਹੈ ਜਿਹੜਾ ਉਰੇ ਆ ਸਕਦਾ ਹੈ ਡਿਪਲੀਟਿੰਗ ਵਾਟਰ ਟੇਬਲ ਹੈ ਪਾਣੀ ਨੀਵਾਂ ਗਿਆ ਹੋਇਆ ਕਈ ਇਲਾਕਿਆਂ 'ਚ ਨਹਿਰ ਨਾਲੋਂ ਟੱਪਦੀ ਹੈ ਪਰ ਕਈ ਪਿੰਡਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲਦਾ ਕਈ ਜਗ੍ਹਾ ਦੇ ਉੱਪਰ ਹਰ ਹਮੇਸ਼ਾ ਪਾਣੀ ਦੀ ਮਾਰ ਹੁੰਦੀ ਹੈ ਪਰ ਉਹਦਾ ਕੋਈ ਪ੍ਰੋਪਰ ਸਟ੍ਰੀਮਲਾਈਨ ਪਲਾਨ ਨਹੀਂ ਬਣਿਆ ਹੋਇਆ ਕਿ ਪਾਣੀ ਦੀ ਮਾਰ ਹੀ ਨਾ ਹੋਵੇ ਨਹੀਂ ਤਾਂ ਪਹਿਲਾਂ ਪਾਣੀ ਦੀ ਮਾਰ ਹੁੰਦੀ ਹੈ ਫਿਰ ਲੋਕ ਮੁਆਵਜ਼ਾ ਦੇ ਵਾਸਤੇ ਦੇਖ ਰਹੇ ਹਨ ਸੋ ਦੇਰ ਆਰ ਸੋ ਮੈਨੀ ਪ੍ਰੋਬਲਮਸ ਡਿਫਰੈਂਟ ਪ੍ਰੋਬਲਮ ਆਫ ਡਿਫਰੈਂਟ ਏਰੀਆਜ਼ ਸੋ ਮੇਰਾ ਤਾਂ ਇਹੀ ਟਾਰਗੇਟ ਹੈ ਕਿ ਮੂਮੈਂਟ ਇਸ ਇਲਾਕੇ ਦੀ ਸੇਵਾ ਮਿਲਣੀ ਹੈ ਹਰ ਚੀਜ਼ ਦੀ ਤਜਵੀਜ਼ ਬਣਾ ਕੇ ਉਹਦੀ ਡੀਪ ਸਟੱਡੀ ਕਰਕੇ ਉਸ ਇਸ਼ੂ ਨੂੰ ਕਿਹੜੀ ਮਿਨਿਸਟਰੀ ਦੇ ਨਾਲ ਕਨੈਕਟ ਹੋ ਸਕਦਾ ਹੈ ਕਿਹੜੀ ਮਿਨਿਸਟਰੀ ਨਾਲ ਉਹ ਇਸ਼ੂ ਕਨੈਕਟਡ ਹੈ ਉਸ ਨੂੰ ਪਾਰਲੀਮੈਂਟ ਦੇ ਵਿੱਚ ਬਜਟ ਐਲੋਕੇਸ਼ਨ ਵੱਖ ਵੱਖ ਮਿਨਿਸਟਰੀਆਂ ਦੇ ਹੁੰਦੀ ਹੈ ਉਹਦੇ ਉੱਪਰ ਆਪਾਂ ਕੰਮ ਕਰਾਂਗੇ ਔਰ ਹਾਲੇ ਇਹਦੇ ਉੱਪਰ ਡੀਪ ਸਟੱਡੀ ਚੱਲ ਰਹੀ ਹੈ ਅਤੇ ਮੈਂ ਆਪਣਾ ਪਲਾਨ ਅਨਵੀਲ ਕਰਾਂਗਾ ਜਿਹੜੇ 5-10 ਮੇਜਰ ਚੰਕਸ ਹੋਣਗੇ ਆਫ ਪ੍ਰਾਇਰਟੀ ਜਿਹਨਾਂ ਨੂੰ ਪ੍ਰਾਇਰਟਾਈਜ਼ ਕੀਤਾ ਜਾਊਗਾ ਔਰ ਸਮੇਂ ਸਮੇਂ ਦੇ ਉੱਪਰ ਲੋਕਾਂ ਨਾਲ ਗੱਲਬਾਤ ਕਰਕੇ ਜਿਹੜੇ ਹੋਰ ਇਸ਼ੂਜ਼ ਆਉਣਗੇ ਉਹਨਾਂ ਦੇ ਉੱਪਰ ਵੀ ਆਪਾਂ ਜ਼ੋਰਦਾਰ ਤਰੀਕੇ ਨਾਲ ਕੰਮ ਕਰਾਂਗੇ ਸਿੰਘ ਸਾਹਿਬ ਬਤੌਰ ਮੰਤਰੀ ਵੀ ਤੁਸੀਂ ਇਸ ਹਲਕੇ ਦੇ ਵਿੱਚ ਵਿਚਰਦੇ ਰਹੇ ਹੋ ਤਾਂ ਉਦੋਂ ਦੀਆਂ ਵੀ ਕੁਝ ਸਮੱਸਿਆਵਾਂ ਤੁਹਾਡੇ ਧਿਆਨ ਦੇ ਵਿੱਚ ਉਦੋਂ ਵੀ ਸੀਗੀਆਂ ਤੁਹਾਡੀ ਸਰਕਾਰ ਦੇ ਟਾਈਮ ਤਾਂ ਕੀ ਉਹ ਸਮੱਸਿਆਵਾਂ ਨੂੰ ਹੁਣ ਤੁਸੀਂ ਇਸ ਤਰਜੀਹ ਦਿਓਗੇ ਕੀ ਕਿਹੜੀ ਕਿਹੜੀਆਂ ਜਿਹੜੀਆਂ ਚੀਜ਼ਾਂ ਨੇ ਦੇਖੋ ਮੈਂ ਫੀਲ ਕਰਦਾ ਕਿ ਹੈਲਥ ਇਨਫਰਾਸਟ੍ਰਕਚਰ ਨੂੰ ਇੱਕ ਬਹੁਤ ਵੱਡਾ ਚੈਲੰਜ ਹੈ ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਮੈਂ 4 ਸਾਲ ਲਈ ਵਜ਼ੀਰ ਰਿਹਾ ਉਹਦੇ 'ਚ ਆਲਮੋਸਟ 2.5 ਸਾਲ ਕੋਵਿਡ ਚੱਲਦਾ ਰਿਹਾ ਔਰ ਕੋਵਿਡ ਦੇ ਦੌਰਾਨ ਮੈਨੂੰ ਇੱਥੇ ਇਲਾਕੇ 'ਚ ਆ ਕੇ ਚਾਹੇ ਨੰਗਲ ਦਾ BBMB ਦਾ ਹੋਸਪਿਟਲ ਆ ਉਹ ਦੇਖਣ ਵਾਸਤੇ ਮੈਨੂੰ ਮੌਕਾ ਮਿਲਿਆ ਚਾਹੇ ਸਾਡੇ ਰੋਪੜ ਦਾ ਹੋਸਪਿਟਲ ਸੀ ਉੱਥੇ ਕੀ ਸਹੂਲਤ ਹੈ ਉਹ ਦੇਖਣ ਦੀ ਮੈਨੂੰ ਮੌਕਾ ਮਿਲਿਆ ਤੋ ਮੈਂ ਜ਼ਰੂਰ ਫੀਲ ਕਰਨਾ ਕਿ ਇਹਦੇ 'ਚ ਜਿਹੜੇ ਚੈਲੰਜਸ ਹੈ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਨਾਲ ਜੁੜੇ ਹੋਏ ਮੁੱਦੇ ਹੋਣਗੇ ਕਿਉਂਕਿ ਜਿਹੜਾ BBMB ਦਾ ਹੋਸਪਿਟਲ ਉਹ ਤਾਂ ਡਾਇਰੈਕਟਲੀ ਗਵਰਨਮੈਂਟ ਆਫ ਇੰਡੀਆ ਦੇ ਤਰਜੀਹ 'ਤੇ ਆਉਂਦਾ ਔਰ ਉਸ ਦੇ ਵਿੱਚ ਅਗਰ ਉਹਨੂੰ ਇੱਕ ਡਿਫਰੈਂਟ ਲੈਵਲ ਦਾ ਹੋਸਪਿਟਲ ਡਿਵੈਲਪ ਕਰਨਾ ਹੋਵੇ ਜਾਂ ਲੈ ਕੇ ਜਾਣਾ ਹੋਵੇ ਆਈ ਥਿੰਕ ਦੇਰ ਇਜ਼ ਅ ਬਿਗ ਸਕੋਪ ਟੂ ਡੂ ਦੈਟ ਪਰ ਲੇਕਿਨ ਉਸ ਗੱਲ ਦੇ ਉੱਪਰ ਚੈੱਕ ਕਰਨਾ ਪੈਣਾ ਕਿ BBMB ਦਾ ਕੀ ਬਜਟ ਐਲੋਕੇਸ਼ਨ ਹੈ ਫੋਰ ਵਿਦਇਨ ਦਾ BBMB ਫੋਰ ਹੈਲਥ ਇਨਫਰਾਸਟ੍ਰਕਚਰ ਬਿਕੋਜ਼ BBMB ਇਜ਼ ਅ ਯੂ ਨੋ ਵੈਰੀ ਬਿਗ ਔਰਗਨਾਈਜੇਸ਼ਨ ਅਕਰੋਸ ਦਾ ਕੰਟਰੀ ਤੋ ਮੈਂ ਇਹ ਜ਼ਰੂਰ ਸਮਝਦਾ ਕਿ ਆਪਾਂ ਨੂੰ ਇਹ ਸਾਰੇ ਮੁੱਦਿਆਂ ਨੂੰ ਵੈਲਿਊਟ ਕਰਨਾ ਪੈਣਾ ਔਰ ਕਿਹੜੇ ਕਿਹੜੀ ਚੀਜ਼ ਭਾਰਤ ਸਰਕਾਰ ਦੇ ਕਿਹੜੇ ਕਿਹੜੇ ਅਦਾਰੇ ਦੇ ਨਾਲ ਜੁੜੀ ਹੋਈ ਹੈ ਅਤੇ ਉੱਥੋਂ ਕਿੰਨਾ ਪੈਸਾ ਆ ਸਕਦਾ ਔਰ ਅਸੀਂ ਲੋਕਾਂ ਦੇ ਵਾਸਤੇ ਲੋਕਾਂ ਦੀ ਜ਼ਰੂਰਤ ਵਾਸਤੇ ਪੂਰਾ ਕਰ ਸਕਦੇ ਹਾਂ ਮੈਂ ਵਚਨਬੰਧ ਹਾਂ ਆਪਣੇ ਇਲਾਕੇ ਦੇ ਲੋਕਾਂ ਵਾਸਤੇ ਸਾਹਿਬ ਇੱਕ BJP ਦੇ ਇੱਥੋਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ